ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਡਾ ਸਾਰੇ ਦਰਸ਼ਕ ਵੀਰਾਂ ਦਾ ਅੱਜ ਵਾਲੀ ਵੀਡੀਓ ਦੇ ਵਿੱਚ ਦੋਸਤੋ ਆਪਾਂ ਇੱਕ ਨੁਕਰੀ ਘੋੜੀ ਐ ਤੇ ਠੀਕ ਠੀਕ ਮੁੱਲ ਜੇ ਦੀ ਹੈਗੀ ਆ ਦੋਸਤੋ ਘੋੜੀ ਵੇਖਣ ਨੂੰ ਚੰਗੀ ਐ ਦੋਸਤੋ ਖੜਨੀ ਪੈਣੀ ਬਹੁਤ ਵਧੀਆ ਗਰਦਨ ਦਾ ਜਿਹੜਾ ਇਹਦਾ ਕੰਡੀਸ਼ਨਰ ਹੈਗਾ ਬਹੁਤ ਵਧੀਆ ਸੋਹਣੀ ਲੰਬੀ ਕਰਨ ਲੱਗੀ ਹੋਈ ਐ ਤੇ ਮੂੰਹ ਮੱਥੇ ਦੀ ਵਿਸ਼ਕੀਨ ਆ ਦੋਸਤੋ ਬਾਕੀ ਬਾਡੀ ਸਟਰਕਚਰ ਜਿਹੜਾ ਇਹਦਾ ਘੋੜੀ ਦਾ ਬਹੁਤ ਵਧੀਆ ਲੱਗਿਆ ਚੰਗਾ ਬਾਡੀ ਸਟਰਕਚਰ ਘੋੜੀ ਦਾ ਦੋਸਤੋ 6 ਸਾਲ ਉਮਰ ਇਹਦੀ ਬਾਈ ਹੁਣਾਂ ਨੇ ਦੱਸੀ ਹੈ ਮਾਲਕ ਵੀਰਾਂ ਵੱਲੋਂ 6 ਸਾਲੇ ਦੀ ਉਮਰ ਦੱਸੀ ਹੈ ਦੋਸਤੋ ਤੇ ਹਾਈਟ ਹੈ ਜਿਹੜੀ ਇਹਦੀ 59 ਇੰਚ ਦੱਸੀ ਗਈ ਹੈ ਇਸ ਟਾਈਮ ਤੇ ਜਿਹੜੀ ਘੋੜੀ ਹੈ ਖਾਲੀ ਹੈ ਦੋਸਤੋ ਮੀਟ ਨਹੀਂ ਕਰਵਾਈ ਹੋਈ ਬਾਈ ਹੁਣਾਂ ਨੇ ਦੱਸਿਆ ਵੀ ਸਾਡਾ ਹੋਰ ਕੰਮਕਾਰ ਸੀਗਾ ਤੇ ਜਿਹਦੇ ਵਿੱਚ ਜਿਹੜਾ ਸਮਾਂ ਨਹੀਂ ਮਿਲਿਆ ਇਹਨੂੰ ਮੇਟ ਕਰਵਾਉਣ ਦਾ ਹੀਟ ਦੇ ਵਿੱਚ ਆਈ ਸੀਗੀ ਤੇ ਹੁਣ ਜਦੋਂ ਹੀਟ ਚਾਈ ਤਾਂ ਆਪਾਂ ਇਹ ਮੇਟ ਕਰਵਾ ਦੇਣੀ ਹੈ ਚਾਲ ਵਗੈਰਾ ਦੀ ਪਾਸ ਆ ਦੋਸਤੋ ਦੋਨੇ ਚਾਲਾਂ ਬਾਈ ਹੁਣਾਂ ਨੇ ਦੱਸਿਆ ਚੱਲਦੀ ਹੈ ਬਾਕੀ ਤੁਸੀਂ ਸਕਰੀਨ ਤੇ ਦੇਖ ਵੀ ਸਕਦੇ ਆ ਲੈਂਥੀ ਹੈ ਘੂੜੀ ਦੋਸਤੋ ਲੰਬਾਈ ਦੀ ਵਜ੍ਹਾ ਜੇ ਆਪਾਂ ਦੇਖੀਏ ਤਾਂ ਲੰਬੀ ਲੱਗਦੀ ਹੈ ਘੂੜੀ ਕਾਫੀ ਹਾਈਟ ਚਲੋ ਚਾਹੇ ਐਵਰੇਜ ਹੀ 59 ਇੰਚ ਹਾਈਟ ਦੱਸੀ ਆ ਬਾਈ ਹੁਣਾਂ ਨੇ ਪਰ ਲੰਬੀ ਘੂੜੀ ਕਾਫੀ ਲੱਗਦੀ ਹੈ ਦੇਖਣ ਨੂੰ ਸੋ 6 ਸਾਲ ਬਾਈ ਹੁਣਾਂ ਨੇ ਉਮਰ ਦੱਸੀ ਹੈ ਦੋਸਤੋ 59 ਇੰਚ ਜੀਡੀ ਦੀ ਹਾਈਟ ਦੱਸੀ ਹੈ ਤੇ ਇਸ ਟਾਈਮ ਤੇ ਜਿਹੜੀ ਘੋੜੀ ਇਹ ਖਾਲੀ ਆ ਦੋਸਤੋ ਮੁੱਲ ਦੀ ਜੇ ਗੱਲ ਕਰਾਂ ਤਾਂ ਮੁੱਲੇ ਦਾ ਬਾਈ ਹੁਣੀ 1.5 ਲੱਖ ਰੁਪਈਆ ਕਰਦੇ ਆ ਬਾਕੀ ਮੌਕੇ ਤੇ ਜਿਹੜਾ ਦੋਸਤੋ ਮਾਨਤਾ ਨਾਲ ਕਰਨਗੇ ਇਹਦੇ ਵਿੱਚੋਂ ਪਿੰਡ ਬਾਈ ਹੁਣਾਂ ਦਾ ਲਾਲ ਬਾਈ ਹੈ ਅ ਮੁਕਸਰ ਜ਼ਿਲ੍ਹੇ ਦਾ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਇਹ ਜਿੱਥੇ ਇਹ ਘੋੜੀ ਖੜੀ ਆ ਨੰਬਰ ਸਕਰੀਨ ਤੇ ਬਾਈ ਹੁਣਾਂ ਦਾ ਚੱਲਦਾ ਕਰੋ ਗੱਲਬਾਤ ਬਾਈ ਹੁਣਾਂ ਦੇ ਨਾਲ ਤੇ ਲਓ ਹੋ ਡਿਟੇਲ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਤੁਸੀਂ ਕਿਸੇ ਜਾਨਵਰ ਦੀ ਐਡ ਆਪਣੇ ਦੀ ਚੈਨਲ ਤੇ ਇਸ ਤੇ ਲਵਾਉਣੀ ਹੈ ਤਾਂ ਮੇਰੇ ਨਾਲ ਸੰਪਰਕ ਤੁਸੀਂ ਕਰ ਸਕਦੇ ਆ ਦੋਸਤੋ ਧੰਨਵਾਦ ਜੀ